होटल च पुलिस ने मारी रेड। चल रहा सी दे व्यापार दा धंधा। एक लड़की समेत मैनेजर नू कीता काबू। दस दिए कि होटल दे विच दे व्यापार दा धंधा चल रहा सी ते इत्थे पुलिस ने मौके ते रेड मारी ते मैनेजर समेत एक लड़की नू काबू किया गया, जिस दीआं तस्वीरां भी हुण सामने आईआं ने। तां पूरा मामला अमृतसर तो दस्सिया जा रहा, जिथे पुलिस ने रेड तो बाद होटल दे मालक नू काबू कर लिया, जिस दे नाल एक लड़की नू भी काबू किया गया। ਤਾਂ ਜਦੋਂ ਇਸ ਸੰਬੰਧੀ ਹੋਟਲ ਦੇ ਮਾਲਕ ਦੀ ਪਤਨੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਪੁਲਿਸ ਦੀ ਸਾਜ਼ਿਸ਼ ਦੱਸਿਆ। ਤਾਂ ਉਹਨਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਇਹ ਪੁਲਿਸ ਵਾਲੇ ਸਾਡੀ ਹੋਟਲ ਦੇ ਵਿੱਚ ਆਉਂਦੇ ਸੀ ਤਾਂ ਆ ਕੇ ਬੈਠ ਜਾਂਦੇ ਸੀ ਅਤੇ ਚਿਕਨ ਮੰਗਵਾਉਂਦੇ ਸੀ, ਜਿਸ ਤੋਂ ਬਾਅਦ ਇਹ ਕਮਰੇ ਖੁਲਵਾ ਕੇ ਬੈਠੇ ਰਹਿੰਦੇ ਸੀ। ਤਾਂ ਜਦ ਅਸੀਂ ਇਹਨਾਂ ਨੂੰ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਤਾਂ ਫਿਰ ਇਹਨਾਂ ਦੇ ਵੱਲੋਂ ਹੁਣ ਪੁਰਾਣੀ ਰੰਜਿਸ਼ ਕੱਢੀ ਗਈ ਹੈ, ਜਿਸ ਦੇ ਤਹਿਤ ਇਹ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਜਦਕਿ ਇਸ ਸੰਬੰਧੀ ਇੱਕ ਸ਼ਖਸ ਨੇ ਵੀ ਇਸ ਹੋਟਲ ਦੇ ਮਾਲਕ ਦਾ ਪੱਖ ਲਿਆ ਅਤੇ ਉਹਨਾਂ ਇੱਕ CCTV ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਪੁਲਿਸ ਵਾਲੇ ਵਿਖ ਰਹੇ ਨੇ ਅਤੇ ਹੋਟਲ ਦੇ ਵਿੱਚ ਬੈਠੇ ਨੇ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਹੋਟਲ ਦੇ ਮਾਲਕ ਨੂੰ ਕਾਬੂ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 5-7 ਮਿੰਟ ਪਹਿਲਾਂ ਕਿਹਦਾ ਮੁੰਡਾ ਆਇਆ ਅੰਦਰ, ਉਹਨੇ ਕੋਈ ID ਦਿੱਤੀ ਇਹਨਾਂ ਨੂੰ ਤੇ ਤਰਨ ਤਾਰਨ ਦਾ ਬੰਦਾ ਸੀ ਨਸ਼ੇੜੀ ਜੋ ਇਹਨਾਂ ਦਾ ਸੁਣਨ 'ਚ ਆਇਆ ਤੇ ਮੁੜ ਕੇ BBI ਆਈ ਉਹ ਨਾਲ ਹੀ ਪੁਲਿਸ ਆ ਗਈ ਆ ਤੇ 1.5 ਮਹੀਨੇ ਦੀ ਪਹਿਲਾਂ ਤੁਹਾਨੂੰ ਰਿਕਾਰਡਿੰਗ ਦੇ ਦਿੰਦੇ ਹਾਂ CCTV ਦੀ। 1:30 ਵਜੇ ਤੱਕ 2 ਘੰਟੇ PCR ਵਾਲੇ ਮੁਲਾਜ਼ਮ ਆ ਕੇ 2 ਘੰਟੇ ਬਹਿੰਦੇ, ਕਹਿੰਦੇ ਜੀ ਕਮਰੇ ਖੋਲੋ, ਠੀਕ ਆ ਜੀ ਆ ਕੇ ਗੱਲ ਸੁਣੋ, ਫਿਰ ਬੈਠੇ ਰਹਿੰਦੇ ਆ ਕੇ ਉਹਨੇ ਕਿਹਾ ਭਾਜੀ ਵੇਖੋ ਮੈਂ ਗਰੀਬ ਆਦਮੀ ਹਾਂ, ਮੈਂ 700-800 ਦਾ ਕਮਰਾ ਲੈਂਦਾ ਅਤੇ ਮੈਂ ਕਿੱਥੇ। 2 ਦਿਨ ਬਾਅਦ ਜਿਹੜਾ ਰੀਡਰ ਆ ਇੱਥੋਂ ਦਾ ਚੌਂਕੀ ਦਾ, ਜਿਹੜਾ ਰੀਡਰ ਆ ਇੱਥੋਂ ਦਾ ਇਹ ਜਿਹੜਾ ਚੌਂਕੀ ਇੰਚਾਰਜ ਦਾ ਰੀਡਰ ਆ, ਜਿਹਦੀ ਅੱਖ 'ਚ ਫਰਕ ਆ, ਉਹਨੇ ਬਕਾਇਦਾ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਭਾਜੀ ਤੁਸੀਂ ਧੱਕੇ ਨਾਲ ਕਿਉਂ ਮੁਰਗਾ ਮੰਗਦੇ ਜੇ ਕੋ, ਤੇ ਕਹਿੰਦਾ ਕਿ ਪੁਲਿਸ ਨਾ ਅੱਖਾਂ ਮੀਟ ਲੈਂਦੀ ਹੁੰਦੀ ਆ ਕਿਸੇ ਵੇਲੇ ਤੇ ਪੁਲਿਸ ਪਰ ਮਤਲਬ ਪੁਲਿਸ ਨਾ ਅੱਖਾਂ ਨਹੀਂ ਮੀਟਦੀ ਹੁੰਦੀ। ਮੈਂ ਕਿਹਾ ਭਾਜੀ ਜੇ ਇਹਦੇ 'ਤੇ ਜੂਆ ਪੈਂਦਾ ਜਾਂ ਇਹ ਸ਼ਰਾਬ ਇਹਦਾ ਜਾਂ ਇਹ ਧੰਦਾ ਕਰਾਉਂਦਾ ਫਿਰ ਤਾਂ ਇਹਦਾ ਦੋਸ਼ੀ ਆ, ਤੇ ਧੱਕੇ ਨਾਲ ਤੁਸੀਂ ਮੁਰਗਾ ਨਾ ਮੰਗੋ। ਇਹਨੇ ਇੰਨੀ ਗੱਲ ਕਹੀ ਪੁਲਿਸ ਮੁਲਾਜ਼ਮ ਨੇ, ਇਹਦਾ ਨੰਬਰ ਆ ਮੇਰੇ ਕੋਲ ਬਕਾਇਦਾ। ਫਿਰ ਮੈਂ ਇਹਦੀ ਵੀਡੀਓ ਖਿੱਚ ਕੇ CCTV ਦੀ ਇਹਨੂੰ ਭੇਜੀ ਕਿ ਤੁਹਾਡੀ 2 ਘੰਟੇ ਦੀ ਵੀਡੀਓ ਗਈ ਸਾਡੇ ਕੋਲ ਅੰਦਰ ਦੀ, ਉਹਦੀ ਸ਼ਿਕਾਇਤ ਕੀਤੀ ਤੁਸੀਂ? ਨਹੀਂ ਕੀਤੀ, ਅਸੀਂ ਸਾਹਿਬ ਨੂੰ ਕਿਹਾ ਕੁਵਰ ਵੀ ਇਹ ਪ੍ਰਤਾਪ ਨੂੰ, ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਵੇਖੋ ਤੁਸੀਂ ਉੱਥੇ ਜਾਣਾ ਨਹੀਂ, ਜੇ ਕੋਈ ਗਲਤ ਕੰਮ ਹੋਏਗਾ ਤਾਂ ਮੈਨੂੰ ਦੱਸਿਓ। ਸਾਹਿਬ ਨੇ ਆਪ ਇਹਨੂੰ ਚੌਂਕੀ ਜਾਣ ਨੂੰ ਕਿਹਾ। ਅੱਜ ਇਹਨਾਂ ਨੇ ਨਵੀਂ ਪਲੈਨਿੰਗ ਕਰਕੇ ਜੋ ਤੁਹਾਨੂੰ ਵੀ ਤੁਸੀਂ ਮੀਡੀਆ ਦੇ ਅੱਜ ਕੱਲ੍ਹ ਲੋਕਤੰਤਰ ਆ ਸਾਡਾ ਵੱਡਾ, ਕੁੜੀਆਂ ਤੇ ਕੁੜੀ ਤੇ ਮੁੰਡਾ ਸੀ ਕਿਹੜੇ ਨੇ ਕੌਣ ਨੇ ਕਿੱਥੋਂ, ਪਤਾ ਹੀ ਕੋਈ ਨਹੀਂ ਉਹਨੂੰ ਵਿਚਾਰੇ ਨੂੰ। ID ਤੁਸੀਂ ਲਈ ਸੀ? ਉਹਨੇ ਲਈ ID ਹੈਗੀ ਨਾ, ID ਲਈ ਬਕਾਇਦਾ ਉਹਨੇ, ਰਜਿਸਟਰ ਵੇਖੋ ਇੱਥੇ ID ਲੱਗੀ ਬਕਾਇਦਾ। ਇਹ ਤੇ ਮਾਲਕ ਨੇ ਧੱਕਾ ਹੀ ਆ ਨਾ ਭਾਜੀ, ਉਹਨਾਂ ਦੀਆਂ ਮੰਗਾਰਾਂ ਨਹੀਂ ਭਰ ਸਕੇ, ਉਹਨਾਂ ਨੇ ਸਾਡੇ ਨਾਲ ਖਾਰਬਾਜੀ ਕੱਢੀ ਹੈ, ਅਸੀਂ ਤੇ ਆਪ ਇੱਥੇ ਕਿਰਾਏਦਾਰ ਹੈਗੇ ਆ, ਅਸੀਂ ਇੱਥੇ ਕੀ ਕਰ ਲੈਣਾ, ਅਸੀਂ ਇਹਦੇ 'ਚ ਕੋਈ ਇਨਵੋਲਵਮੈਂਟ ਨਹੀਂ, ਕੋਈ ਕੁਛ ਨਹੀਂ, ਜੋ ਵੀ ਹੋਇਆ ਇਹਨਾਂ ਦਾ ਆਪਣੀ ਪਲੈਨਿੰਗਾਂ ਦੇ ਅਨੁਸਾਰ ਜੋ ਵੀ ਹੋਇਆ ਦਲਾਲ ਤੇ ਮੈਨੇਜਰ ਨੂੰ ਅਰੈਸਟ ਕੀਤਾ ਜੀ, ਇਸ ਟਾਈਮ ਤੇ 3 ਨੇ ਜੀ ਅੱਗੇ ਪ੍ਰੋਸੀਡ ਕਰਦੇ ਆ ਜੀ, ਅੱਗੇ ਆਸ ਹੈਗੀ ਸਾਨੂੰ ਪਤਾ ਕਰਨਾ ਪਊਗਾ ਜੀ, ਅਜੇ ਪ੍ਰੀਲਿਮਿਨਰੀ ਸਟੇਜ ਤੇ ਜੀ, ਚੈੱਕ ਕਰਨਾ ਪਊਗਾ ਜੀ, ਜੋ ਇਨਵੈਸਟੀਗੇਸ਼ਨ ਸਾਹਮਣੇ ਤਾਂ ਤੁਹਾਨੂੰ ਦੱਸਾਂਗਾ। ਟੋਟਲ ਕਿੰਨੇ ਹੈਗੇ ਸਰ? ਐਸ ਐਮ 3 ਜਾਣੇ ਰਹੇ, 3 ਮੁੰਡੇ। ਸੋ ਭਾਜੀ ਕੀ ਨਾਮ ਹੈ? ਇੱਕ ਮੈਨੇਜਰ, ਇੱਕ ਦਲਾਲ, ਇੱਕ ਜਿਹੜੇ ਵਿਕਟਿਮ।